ਪਿੰਡ ਬਾਜੇਵਾਲਾ ਵਿਖੇ ਕੈਂਸਰ ਦੀ ਬਿਮਾਰੀ ਨਾਲ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਮੋਦਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰੋਫੈਸਰ ਕੇ ਸ਼ਰਮਾ ਨੇ ਦੱਸਿਆ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਸਾਨੂੰ ਡਰਨ ਦੀ ਲੋੜ ਨਹੀਂ, ਸਗੋਂ ਇਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਉਹ ਖੁਦ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ, ਜਿਨ੍ਹਾਂ ਨੇ ਮਾਹਿਰ ਡਾਕਟਰਾਂ ਦੀ ਸਲਾਹ ਦੇ ਨਾਲ ਚੰਗੀਆਂ ਅਤੇ ਹਰਬਲ ਵਸਤਾਂ ਖਾਣ ਨਾਲ ਕੈਂਸਰ ਨੂੰ ਅੱਗੇ ਲਗਾ ਲਿਆ। ਉਹਨਾਂ ਕਿਹਾ ਕਿ ਦ੍ਰਿੜ ਇਰਾਦੇ ਨਾਲ ਕੈਂਸਰ ਨੂੰ ਅਸੀਂ ਹਰਾ ਸਕਦੇ ਹਾਂ। ਉਹਨਾਂ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੂੰ ਖਾਣ ਪੀਣ ਦੇ ਬਾਰੇ ਵਿਸਤਾਰ ਨਾਲ ਦੱਸਿਆ। ਉੱਥੇ ਔਰਤਾਂ ਨੂੰ ਕਿਹਾ ਕਿ ਉਹ ਘਰ ਦੀ ਰਸੋਈ ਦੇ ਖੁਦ ਡਾਕਟਰ ਨੇ, ਜਿਸ ਵਿੱਚ ਟਾਟਾ ਨਮਕ, ਚਿੱਟੀ ਚੀਨੀ, ਰਿਫਾਇੰਡ ਤੇਲ ਵਰਗੀਆਂ ਵਸਤਾਂ ਸਾਨੂੰ ਕੈਂਸਰ ਵਰਗੀ ਭਿਆਨਕ ਬਿਮਾਰੀਆਂ ਸਹੇੜ ਦਿੰਦੀਆਂ ਨੇ। ਉਹਨਾਂ ਕਿਹਾ ਕਿ ਸਾਨੂੰ ਬਿਨਾਂ ਰੇਹ ਸਪਰੇ ਵਾਲੀਆਂ ਸਬਜ਼ੀਆਂ ਵੱਧ ਤੋਂ ਵੱਧ ਆਪਣੇ ਖੇਤਾਂ ਵਿੱਚ ਉਗਾਉਣੀਆਂ ਚਾਹੀਦੀਆਂ ਨੇ, ਜਿਸ ਨਾਲ ਅਸੀਂ ਕਾਫੀ ਹੱਦ ਤੱਕ ਤੰਦਰੁਸਤ ਰਹਿ ਸਕਦੇ ਹਾਂ। ਇਸ ਮੌਕੇ ਉਹਨਾਂ ਪਿੰਡ ਦੇ ਮੋਤਵਾਰ ਵਿਅਕਤੀਆਂ ਨੂੰ ਆਪਣੀ ਲਿਖੀ ਬੁੱਕ ਕੈਂਸਰ ਨੂੰ ਅਸੀਂ ਹਰਾ ਸਕਦੇ ਹਾਂ ਭੇਂਟ ਕੀਤੀ। ਲੇਕਿਨ ਵੱਡੀ ਉਮਰ ਨੂੰ ਉਹ ਸਮੱਸਿਆ ਨਹੀਂ ਹੈ। ਹੁਣ ਦੇਖਣਾ ਇਹ ਹੈ ਕਿ ਕੈਂਸਰ ਹੈ ਇੱਕ ਨਾ ਇਹ ਤੁਹਾਨੂੰ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਕੈਂਸਰ ਇੱਕ ਬਾਹਰ ਬਿਮਾਰੀ ਇਹ ਮਾੜੇ ਕਾਰਨਾਂ ਦਾ ਫਲ ਨਹੀਂ ਹੈ, ਇੱਕ ਸਾਡੇ ਤੇ ਭਾਣਾ ਨਹੀਂ ਵਾਪਰ ਰਿਹਾ, ਇਹ ਉਹ ਨਹੀਂ ਹੈ ਇਸ ਬਾਰੇ। ਸਾਡੇ ਸਰੀਰ ਦੇ ਅਰਬਾਂ ਖਰਬਾਂ ਸੈੱਲ ਨੇ ਜਿਹਦੇ ਵਿੱਚੋਂ ਖਰਬਾਂ ਸੈੱਲ ਰੋਜ਼ ਉੱਠਦੇ ਨੇ। ਇਸ ਤਾਂ ਮੈਨੂੰ ਕਿਸੇ ਮੂਲੀ ਆਪਰੇਸ਼ਨ ਤੋਂ ਬਾਅਦ ਪਤਾ ਲੱਗੇ ਕੈਂਸਰ ਦਾ ਕੋਈ ਚਿੰਨ ਹੈ। ਪੀਜੀ ਵਗੈਰਾ ਦੁਨੀਆਂ ਭਰ ਦੇ ਮੈਂ ਸਾਰੇ ਹਸਪਤਾਲ ਧੱਕੇ ਖਾਧੇ ਦੇਖਿਆ। ਉਹ ਦੇਖਣ ਤੋਂ ਬਾਅਦ ਕਿਉਂਕਿ ਮੈਂ ਪੜ੍ਹਿਆ ਲਿਖਿਆ ਸੀਗਾ, ਮੈਨੂੰ ਸਮਝ ਸੀ, ਤਾਂ ਮੈਂ ਇਹ ਨਤੀਜੇ 'ਤੇ ਪਹੁੰਚਿਆ। ਬੰਬੇ ਮੈਂ ਹੋਸਪਿਟਲ ਦਿਖਾਇਆ, ਪੁਣੇ ਦਿਖਾਇਆ, ਗੰਗਾਰਾਮ ਹੋਸਪਿਟਲ ਦਿੱਲੀ ਦਿਖਾਇਆ, ਪੀਜੀ ਦਿਖਾਇਆ, ਇੱਥੇ ਤਾਂ ਸਾਰੇ ਹਸਪਤਾਲਾਂ 'ਚ ਮੈਂ ਇਸ ਨਤੀਜੇ 'ਤੇ ਪਹੁੰਚਿਆ ਵੀ ਇਹਨਾਂ ਕੋਲ ਇਲਾਜ ਨਹੀਂ। ਮੈਂ ਸਰੀਰ ਦੀ ਛੇੜਛਾੜ ਇਹਨਾਂ ਤੋਂ ਹੀ ਕਰਾਉਂਦੀ। ਮੈਂ ਜਿਹੜੀ ਕਿਤਾਬ ਤਰੀਕੇ ਲਿਖੇ ਨੇ ਫਿਰ ਉਹਨਾਂ ਤਰੀਕਿਆਂ 'ਤੇ ਆ ਗਿਆ, ਕੁਦਰਤੀ ਤਰੀਕਿਆਂ 'ਤੇ ਆ ਗਿਆ, ਅਨਾਜ ਛੱਡਤਾ, ਕਲੀਆਂ, ਸਬਜ਼ੀਆਂ, ਫਲ, ਦੁੱਧ ਛੱਡਤਾ, ਸਭ ਕੁਛ ਉਸ ਤਰ੍ਹਾਂ ਦੀ ਖੁਰਾਕ ਛੱਡਤੀ। ਮੈਨੂੰ 5 ਸਾਲ ਡਾਕਟਰ ਕਹਿੰਦੇ ਸੀਗੇ ਕਿ ਤੂੰ ਵੱਧ ਤੋਂ ਵੱਧ 6 ਮਹੀਨਿਆਂ ਦਾ, ਮੈਨੂੰ 5 ਸਾਲ ਹੋ ਗਏ। ਉਸ ਤੋਂ ਬਾਅਦ ਮੈਂ ਤੰਦਰੁਸਤ ਹਾਂ, ਉਸ ਤੋਂ ਬਾਅਦ ਮੈਂ ਐਕਟਿਵ ਹਾਂ, ਉਸ ਤੋਂ ਬਾਅਦ ਮੈਂ ਕੰਮ ਕਰਦਾ, 24 ਘੰਟੇ ਮੈਂ ਲਿਖਦਾ, ਪੜ੍ਹਦਾ, ਲੋਕਾਂ ਕੋਲ ਮਿਲਦਾ। ਕੈਂਸਰ ਦੇ ਸਾਰੀਆਂ ਮੇਰੀਆਂ ਰਿਪੋਰਟਾਂ ਨੈਗੇਟਿਵ ਹੋ ਗਈਆਂ। ਮੈਂ ਉਹਨਾਂ ਹੀ ਡਾਕਟਰ ਨੂੰ ਕਹਿ ਕੇ ਆਇਆ ਸੀ ਜਦੋਂ ਮੈਨੂੰ ਕਿਹਾ ਮੈਂ ਡਾਕਟਰ ਸਾਹਿਬ ਮੈਂ ਤੁਹਾਨੂੰ 10 ਸਾਲਾਂ ਬਾਅਦ ਮਿਲੂ। ਇਹ ਕੰਮ ਤੁਸੀਂ ਵੀ ਕਰ ਸਕਦਾ। ਪਾਣੀ ਧਰਤੀ ਦੀ ਕੁਖ ਸਪਾ ਰਹੇ ਨੇ, ਦਰਿਆ ਗੰਦੇ ਹੋ ਰਹੇ ਨੇ, ਦੂਰ ਜਾਣ ਦੀ ਲੋੜ ਨਹੀਂ, ਘੱਗਰ ਲੈ ਲਓ ਤੁਹਾਡੇ ਸਾਹਮਣੇ, ਗੰਗਾ ਯਮੁਨਾ ਦਾ ਕੀ ਹਾਲ ਹੈ, ਸਤਲੁਜ ਦਾ ਕੀ ਹਾਲ ਹੈ। ਅਸੀਂ ਸਾਰੇ ਦਰਿਆਵਾਂ ਨੂੰ ਗੰਦਾ ਕਰਤਾ, ਪਾਣੀਆਂ ਨੂੰ ਗੰਦਾ ਕਰਤਾ, ਮਿੱਟੀ ਨੂੰ ਗੰਦਾ ਕਰਤਾ, ਹਵਾ ਨੂੰ ਗੰਦਾ ਕਰਤਾ। ਇੱਕ ਤਾਂ ਵਾਤਾਵਰਨ 'ਚ ਐਡੀ ਵੱਡੀ ਤਬਾਹੀ ਆ ਰਹੀ ਹੈ ਜਿਹੜਾ ਸਾਡਾ ਸਰੀਰ ਝੱਲ ਨਹੀਂ ਸਕੇ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜੇ ਕਮਜ਼ੋਰ ਦਰੱਖਤ ਨੇ ਉਹ ਡਿੱਗਣੇ ਸ਼ੁਰੂ ਹੋ ਗਏ, ਜਿਹੜੇ ਮਾੜੇ ਮਾਟੇ ਵੱਡੇ ਨੇ ਉਹ 10-20 ਸਾਲਾਂ ਨੂੰ ਡਿੱਗ ਜਾਣਗੇ, ਜਿਹੜੇ ਬਹੁਤ ਵੱਡੇ ਤਕੜੇ ਕਹਾਉਂਦੇ ਨੇ ਉਹ 30 ਸਾਲਾਂ ਨੂੰ ਡਿੱਗ ਜਾਣਗੇ। ਕਿਉਂਕਿ ਭੂਚਾਲ ਤੇਜ਼ ਹੋ ਰਿਹਾ, ਦਿਨੋਂ ਦਿਨ ਤੇਜ਼ ਹੋ ਰਿਹਾ, ਇਸ ਭੂਚਾਲ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ। ਮੈਂ ਬਹੁਤ ਇਹਨੂੰ ਡੂੰਘੀ ਸਾਇੰਸ ਵਿਗਿਆਨ ਆਉਣਾ ਉਸ 'ਚ ਨਹੀਂ ਲਿਜਾਣਾ ਚਾਹੁੰਦਾ, ਉਹ ਮੈਂ ਕਿਸੇ ਡਾਕਟਰਾਂ ਨਾਲ ਗੱਲਾਂ ਕਰਦਾ ਹੁੰਦਾ ਉਦੋਂ ਗੱਲ ਕਰਦਾ। ਲੇਕਿਨ ਇੱਕ ਤਾਂ ਵਾਤਾਵਰਨ ਦੀ ਤਬਾਹੀ, ਇਹ ਤੁਸੀਂ ਦੇਖਣਾ, ਇੱਥੇ ਤੁਸੀਂ ਹੋਰ ਕੁਛ ਨਹੀਂ ਕਰਨਾ। ਮੇਰੀ ਇੱਕ ਗੱਲ ਮੰਨ ਲਓ, ਜ਼ਿਆਦਾ ਗੱਲ ਤਾਂ ਤੁਸੀਂ ਮੇਰੀ ਮੰਨਣੀ ਹੈ, ਪਰ ਇੱਕ ਗੱਲ ਮੇਰੀ ਮੰਨ ਲਓ। ਆਪਣੇ ਖੇਤ 'ਚ ਕਨਾਲਾਂ, 2 ਕਨਾਲਾਂ, ਅੱਧਾ ਕਿੱਲਾ ਕਿੱਲਾ ਜਿੰਨੀ ਤੁਸੀਂ ਜ਼ਮੀਨ ਵਾਧੂ ਕਰ ਸਕਦੇ,
ਜਿਹੜਾ ਤੁਹਾਡੇ ਕੰਮ ਕਰਨਾ। ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਉਸ ਨਾਲ ਹੀ ਕੈਂਸਰ ਰੁਕੂਗੀ। ਬੀਕਾਨੇਰ ਜਾ ਕੇ ਕੈਂਸਰ ਨਹੀਂ ਰੁਕਣੀ ਹੈ, ਦਿੱਲੀ ਭੱਜ ਕੇ ਕੈਂਸਰ ਨਹੀਂ ਰੁਕਣੀ। ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਉਸ ਨਾਲ ਕੈਂਸਰ ਰੁਕੂਗੀ। ਅੱਜ ਲੱਗ ਜਾਓ, ਕੱਲ੍ਹ ਕਰ ਲਓ, ਪਰਸੋਂ ਕਰ ਲਓ। ਮੈਂ ਇਹ ਪਰਮਾਤਮਾ ਤੋਂ ਵਾਹਿਗੁਰੂ ਤੋਂ ਸ਼ਕਤੀ ਮੰਗਦਾ ਕਿ ਜਿੰਨੀ ਕੁ ਮੇਰੀ ਉਮਰ ਹੈ ਬਾਕੀ ਮੈਂ ਇਸੇ ਕੰਮ 'ਤੇ ਲਾਉਣੀ ਹੈ, ਇਸੇ ਪ੍ਰਚਾਰ 'ਤੇ ਲਾਉਣੀ ਹੈ। ਤੁਸੀਂ ਥੋੜ੍ਹੀ ਮੋਟੀ ਜ਼ਮੀਨ, ਕਨਾਲਾਂ, ਦੋ ਕਨਾਲਾਂ, ਅੱਧਾ ਕਿੱਲਾ, ਜਿੰਨਾ ਕੱਢ ਸਕਦੇ, ਬਿਨਾਂ ਰੇਹ ਸਪਰੇਅ ਤੋਂ, ਰੂੜੀ ਦੀ ਖਾਦ ਨਾਲ, ਦੇਸੀ ਖਾਦ ਨਾਲ, ਦੇਸੀ ਤਰੀਕੇ ਨਾਲ ਆਪਣੇ ਪਰਿਵਾਰ ਲਈ ਫਸਲ ਪੈਦਾ ਕਰਨੀ ਸ਼ੁਰੂ ਕਰੋ। ਸਭ ਤੋਂ ਜ਼ਿਆਦਾ ਬਿਮਾਰੀ ਸਬਜ਼ੀਆਂ ਤੋਂ ਆਉਂਦੀ ਹੈ, ਸਭ ਤੋਂ ਜ਼ਿਆਦਾ ਬਿਮਾਰੀ ਫਲਾਂ ਤੋਂ ਆਉਂਦੀ ਹੈ, ਸਭ ਤੋਂ ਜ਼ਿਆਦਾ ਅਨਾਜ ਬਿਮਾਰੀ ਅਨਾਜਾਂ ਤੋਂ। ਪਿੱਛੇ ਅਸੀਂ ਨਹਿਰੂ ਕਾਲਜ 'ਚ, ਮੈਂ ਬਹੁਤ ਵੱਡੇ ਡਾਕਟਰਾਂ ਨੂੰ ਮਿਲਦਾ ਰਹਿੰਦਾ, ਉਹਨਾਂ ਦੇ ਪ੍ਰੋਗਰਾਮ ਕਰਦਾ ਰਹਿੰਦਾ। ਪਿੱਛੇ ਕਾਲਜ ਦੇ ਵਿੱਚ ਅਸੀਂ ਡਾਕਟਰ ਸੁਖਿੰਦਰ ਸਿੰਘ ਬਰਾੜ ਦਾ ਕੈਨੇਡਾ ਤੋਂ ਆਏ ਸੀ, ਲੈਕਚਰ ਕਰਾਇਆ, ਉਹਨਾਂ ਨੇ ਸਾਡਾ ਦਿਮਾਗ ਖੋਲ੍ਹ ਤਾ ਕਿ ਪੰਜਾਬੀ ਤਾਂ ਬਹੁਤ ਕੁਛ ਸਾਰਾ ਕੁਛ ਹੀ ਗਲਤ ਕਰ ਰਹੇ ਨੇ। ਇੱਕ ਤਾਂ ਆਪਣੇ ਪਰਿਵਾਰ ਦੇ ਅੱਜ ਤੋਂ ਇਹ ਕੰਮ ਸ਼ੁਰੂ ਕਰ ਲਓ। ਵਰਲਡ ਕੈਂਸਰ ਕੇਅਰ ਵਾਲੇ ਡਾਕਟਰ ਬਲਵੰਤ ਸਿੰਘ ਇੰਗਲੈਂਡ ਵਾਲੇ ਚਲੇ ਰੌਲਾ ਪਾਉਂਦੇ ਫਿਰਦੇ ਨੇ ਸਾਰੇ ਪੰਜਾਬ 'ਚ। ਕੱਲ੍ਹ ਪਰਸੋਂ ਉਹਨਾਂ ਨੇ ਦਿਖਾਇਆ ਕਿ ਮੋਗੇ ਦੇ ਇਲਾਕੇ 'ਚ ਇੱਕ 2.25 ਕਿੱਲਿਆਂ ਵਾਲਾ ਕਿਸਾਨ 40-50 ਹਜ਼ਾਰ ਰੁਪਏ ਮਹੀਨਾ ਕਮਾ ਰਿਹਾ, 18 ਕਿਸਮ ਦੀਆਂ ਸਬਜ਼ੀਆਂ ਪੈਦਾ ਕਰ ਰਿਹਾ ਬਿਨਾਂ ਰੇਸ, ਅਤੇ ਲੋਕਾਂ ਨੂੰ ਮਿੰਟਾਂ ਨਾਲ ਲੈਣਾ ਲਾ ਕੇ ਮਿਲਦੀਆਂ ਨੇ। ਹਰ ਕਿਸਾਨ ਆਪਣੇ ਪਰਿਵਾਰ ਲਈ ਘੱਟੋ ਘੱਟ, ਜੇ ਤੁਹਾਡੇ ਕੋਲ ਵਾਧੂ ਹੈ ਤਾਂ ਸਾਡੇ ਵਰਗੇ ਸ਼ਹਿਰਾਂ ਨਾਲ ਦੇ ਲਿਆ ਕਰੋ, ਅਸੀਂ ਬਚਣਾ। ਇੱਕ ਤਾਂ ਇਹ ਕੰਮ ਤੁਸੀਂ ਅੱਜ ਤੋਂ ਸ਼ੁਰੂ ਕਰਨਾ ਕਿ ਤੁਸੀਂ ਕੋਈ ਬੜਾ ਦੁੱਖ ਹੁੰਦਾ, ਮੈਂ ਪਿੰਡਾਂ ਵਾਲਾ, ਮੇਰਾ ਵਰਨ ਪਿੰਡ ਹੈ, ਮੈਂ ਪਿੰਡਾਂ ਜਾਣਾ ਸਾਰਾ ਦਿਨ। ਜਦੋਂ ਪਿੰਡ ਦੇ ਲੋਕ ਕਹਿੰਦੇ ਨੇ ਸਾਈਕਲ ਵਾਲੇ ਨੂੰ, ਰੇਹੜੀ ਵਾਲੇ ਨੂੰ, ਜਿਸ ਨਾਲ ਸਾਡਾ ਸਰੀਰ ਚੱਲਦਾ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਕਿਸੇ ਨਾ ਕਿਸੇ ਕਾਰਨ ਮੈਂ ਉਹਨਾਂ ਦੇ ਕਾਰਨਾਂ ਦੀ ਵਿਆਖਿਆ ਕਰੂੰਗਾ, ਜਿਹਨਾਂ 'ਤੇ ਤੁਸੀਂ ਧਿਆਨ ਦੇਣਾ, ਕੋਸ਼ਿਸ਼ ਕਰਨੀ ਹੈ ਉਹਨਾਂ ਨੂੰ ਠੀਕ ਕਰਨ। ਕਿਸੇ ਨਾ ਕਿਸੇ ਕਾਰਨ ਸਾਡੇ ਉਹਨਾਂ ਸੈੱਲਾਂ ਦੇ ਵਿੱਚੋਂ ਹੀ, ਜਿਹੜੇ ਸਾਡੇ ਸਧਾਰਨ ਸਿਹਤਮੰਦ ਸੈੱਲ ਨੇ, ਉਹਨਾਂ ਸੈੱਲਾਂ ਦੇ ਵਿੱਚੋਂ ਹੀ ਕੁਝ ਸੈੱਲ ਸਰੀਰ ਤੋਂ ਬਾਗੀ ਹੋ ਜਾਂਦੇ, ਕੁਝ ਸੈੱਲ ਸਰੀਰ ਦੇ ਹੁਕਮ ਮੰਨਣ ਤੋਂ ਇਨਕਾਰ ਕਰਦੇ, ਕੁਝ ਸੈੱਲ ਸਰੀਰ ਪਰਮਾਤਮਾ ਨੇ, ਵਾਹਿਗੁਰੂ ਨੇ ਇੰਨੀ ਕਮਾਲ ਦੀ ਚੀਜ਼ ਬਣਾਈ ਹੈ, ਜੇ ਮੈਂ ਇਹਦੀ ਵਿਆਖਿਆ ਕਰਨ ਲੱਗ ਜਾਂ ਤਾਂ ਮੈਂ ਘੱਟੋ ਘੱਟ 15 ਦਿਨ ਲਗਾਤਾਰ ਬੋਲ ਸਕਦਾ। ਇਹਦਾ ਨਮੂਨਾ ਮੈਂ ਸਭ ਇੱਕੋ ਹੀ ਦੱਸ ਦਿੰਦਾ ਕਿ ਦਿਲ ਤੋਂ ਲੈ ਕੇ ਸਰੀਰ ਦੇ ਸਾਰੇ ਅੰਗਾਂ ਤੱਕ ਅਤੇ ਵਾਪਸ ਜਿਹੜੀਆਂ ਖੂਨ ਦੀਆਂ ਨਾੜਾਂ ਜਾਂਦੀਆਂ ਨੇ, ਉਹਨਾਂ ਦੀ ਲੰਬਾਈ 60,000 ਕਿਲੋਮੀਟਰ ਦੇ ਲਗਭਗ, ਤੁਸੀਂ ਖੁਦ ਅੰਦਾਜ਼ਾ ਲਗਾ। ਬਾਕੀ ਕੁਝ ਕੁਝ ਸ਼ਹਿਰ ਵਿੱਚ ਤਾਂ ਜਿਹੜੇ ਉਸ ਕੁਝ ਸੈੱਲ ਨੇ ਕੁਝ ਕਾਰਨਾਂ ਕਰਕੇ ਉਹ ਸਰੀਰ ਤੋਂ ਬਾਕੀ, ਉਹਨਾਂ ਦੀ ਗਿਣਤੀ ਕੋਈ 1 ਕਰੋੜ ਨਹੀਂ ਹੁੰਦੀ, ਉਹਨਾਂ ਦੀ ਗਿਣਤੀ ਕਰੋੜਾਂ ਹੈ, ਕਰੋੜਾਂ। 1 ਮਿੰਟ ਦੇ ਵਿੱਚ 30 ਕਰੋੜ ਨਵੇਂ ਸੈੱਲ ਪੈਦਾ ਹੁੰਦੇ ਨੇ, 30 ਕਰੋੜ ਪੁਰਾਣੇ ਸੈੱਲ ਮਰਦੇ ਨੇ। ਸਰੀਰ ਪੁਰਾਣੇ ਸੈੱਲਾਂ ਨੂੰ, ਬੇਕਾਰ ਸੈੱਲਾਂ ਨੂੰ, ਬੁੱਢੇ ਹੋਏ ਸੈੱਲਾਂ ਨੂੰ ਹੁਕਮ ਦਿੰਦਾ ਕਿ ਤੁਸੀਂ ਮਰ ਜਾਓ। ਜਿਹੜੇ ਸੈੱਲ ਸਰੀਰ ਦਾ ਹੁਕਮ ਨਹੀਂ ਮੰਨਦੇ, ਉਹਦੇ ਕਹੇ ਤੋਂ ਮਰਦੇ ਨਹੀਂ ਹਨ, ਉਹ ਕੈਂਸਰ ਸੈੱਲ ਹੈ। ਇਸ ਦੇ ਉੱਤੇ ਜਰਮਨ ਦੇ ਬਹੁਤ ਵੱਡੇ ਮਹਾਂ ਡਾਕਟਰ ਹੋਏ ਨੇ, ਜਿਹਨਾਂ ਨੂੰ ਇਸ ਗੱਲ 'ਤੇ ਨੋਬਲ ਪੁਰਸਕਾਰ ਮਿਲਿਆ, ਡਾਕਟਰ ਵਾਰਬਰਗ, ਉਹਨਾਂ ਨੇ ਕਿਹਾ ਕਿ ਉਹ ਸੈੱਲ ਕੈਂਸਰ ਸੈੱਲ ਬਣਦਾ ਜਿਸ ਨੂੰ 60% ਆਕਸੀਜਨ ਘੱਟ ਮਿਲੇ। ਸਾਡਾ ਸਰੀਰ ਆਕਸੀਜਨ ਨਾਲ ਚੱਲਦਾ, ਸੈੱਲਾਂ ਦੀ ਖਰਾਬ ਆਕਸੀਜਨ ਹੈ, ਅਸੀਂ ਸਾਹ ਲੈਂਦੇ ਹਾਂ, ਹਵਾ ਲੈਂਦੇ, ਜਿਹਨੂੰ ਆਕਸੀਜਨ ਨਾ ਮਿਲੇ ਉਹ ਕੈਂਸਰ ਸੈੱਲ ਬਣ ਜਾਂਦਾ, ਫਿਰ ਉਹ ਆਪਣੇ ਵਰਗਿਆਂ ਨੂੰ ਹੋਰ ਪੈਦਾ ਕਰ ਲੈਂਦਾ,
ਫਿਰ ਉਹ ਇਕੱਠੇ ਹੋ ਜਾਂਦੇ ਨੇ, ਕੈਂਸਰ ਦੀ ਗੱਠ ਬਣ ਜਾਂਦੀ ਹੈ, ਅਤੇ ਫਿਰ ਜਿਹਦਾ ਇੰਤਜ਼ਾਮ ਨਾ ਕੀਤਾ ਜਾਵੇ ਤਾਂ ਉਹ ਬਾਕੀ ਅੰਗਾਂ 'ਚ ਫੈਲਦੀ ਜਾਂਦੀ ਹੈ, ਹੌਲੀ 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 ਬੰਦੇ ਨੂੰ ਢਾਹ ਲੈਂਦਾ। ਮੈਂ ਕਿਉਂਕਿ ਸਮਾਂ ਥੋੜ੍ਹਾ ਹੈ, ਮੈਂ ਗੁਰਜੀਤ ਵਰਗੇ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇਸ ਇਹੋ ਜਿਹੇ ਮੌਕਿਆਂ 'ਤੇ ਤਾਂ ਮੈਂ ਆਉਣ ਨੂੰ ਤਿਆਰ ਹਾਂ ਹਰ ਸਮੇਂ, ਲੇਕਿਨ ਤੁਸੀਂ ਪੰਜ ਚਾਰ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਕੋਈ ਵੱਡੇ ਸੈਮੀਨਾਰ ਕਰਿਆ ਕਰੋ ਜਿੱਥੇ ਅਸੀਂ ਲੰਬਾ ਸਮਾਂ ਹੋਰ ਡਾਕਟਰਾਂ ਨੂੰ ਲਿਆ ਕੇ ਜਾਣਕਾਰੀ ਦੇ ਸਕੀਏ। ਕੁਛ ਨਹੀਂ ਲੱਗਦਾ, ਦੱਸ ਦਰੀਆਂ ਸਮੇਂ ਇੱਕ ਮਹਿਕ ਦਾ ਇੰਤਜ਼ਾਮ ਕਰ ਦਿੱਤਾ। ਇਹ ਬਹੁਤ ਵੱਡੀ ਮੁਹਿੰਮ ਖੜੀ ਸ਼ੁਰੂ ਕਰਨ ਦੀ ਲੋੜ ਹੈ ਕੈਂਸਰ ਵੱਲ। ਕੈਂਸਰ ਦੇ ਲਈ, ਕੈਂਸਰ ਦੀ ਕਾਰਨ ਹੀ ਸਾਡੀ ਅਗਿਆਨਤਾ ਹੈ, ਕੈਂਸਰ ਦੇ ਕਾਰਨ ਹੀ ਸਾਡੀ ਅਣਗਹਿਲੀ ਹੈ, ਕੈਂਸਰ ਪੈਦਾ ਹੀ ਸਾਡੀ ਅਗਿਆਨਤਾ ਕਰਕੇ। ਸਾਡਾ ਸਰੀਰ ਜਦੋਂ ਅਰਬਾਂ ਖਰਬਾਂ ਸਾਲ ਪਹਿਲਾਂ ਬਣਿਆ ਤਾਂ ਉਦੋਂ ਬੜਾ ਸ਼ੁੱਧ ਕੁਦਰਤੀ ਵਾਤਾਵਰਣ ਦੇ ਮੁਤਾਬਕ ਬਣਿਆ ਸੀ, ਲੇਕਿਨ ਪਿਛਲੇ 30-40 ਸਾਲਾਂ 'ਚ, 50 ਸਾਲਾਂ 'ਚ ਤਿੰਨ ਬਹੁਤ ਵੱਡੀਆਂ ਤੂਫਾਨ ਆਏ, ਭੂਚਾਲ ਆਇਆ। ਉਹ ਕੀ? ਇੱਕ ਵਾਤਾਵਰਣ ਦੀ ਬਹੁਤ ਵੱਡੇ ਪੱਧਰ 'ਤੇ ਤਬਾਹੀ ਹੋਈ। ਜਿਸ ਤਰ੍ਹਾਂ ਤੁਸੀਂ ਰਸਾਇਣਿਕ ਖਾਦਾਂ ਵਰਤ ਰਹੇ ਹੋ, ਜਿਸ ਤਰ੍ਹਾਂ ਤੁਸੀਂ ਦਵਾਈਆਂ ਵਰਤਦੇ ਹੋ ਕੀਟਨਾਸ਼ਕ, ਜਿਸ ਤਰ੍ਹਾਂ ਤੁਸੀਂ 300-250-200 ਫੁੱਟ ਤੋਂ ਪਾਣੀ ਕੱਢ ਰਹੇ ਹੋ ਧਰਤੀ 'ਚੋਂ, ਜਿਹੜਾ ਤੁਸੀਂ ਪਾਣੀ ਕੱਢ ਰਹੇ ਹੋ, ਪੰਜਾਬ ਜਿਹੜੀ ਕੈਂਸਰ ਫੈਲੀ ਆ ਉਹਦਾ ਵੱਡਾ ਕਾਰਨ ਧਰਤੀ ਹੇਠਲਾ ਪਾਣੀ ਹੈ। ਕੁਝ ਸੰਖਿਆ ਹੈ, ਕੁਝ ਲੈਡ ਹੈ, ਕੁਝ ਬੜੇ ਖਤਰਨਾਕ ਧਾਤੂ ਨੇ ਜਿਹੜੇ ਕੈਂਸਰ ਸੱਤਾਂ ਦੇ ਲੱਗਦੇ ਆ। ਸਬਜ਼ੀ ਉਹਨੇ ਖੇਤਾਂ 'ਚੋਂ ਹੋਣੀ ਹੈ, ਤੁਸੀਂ ਸਾਫ਼ ਸੁਥਰੀ ਸ਼ੁੱਧ ਸਬਜ਼ੀ ਆਪ ਪੈਦਾ ਕਰੋ। ਇੱਕ ਤਾਂ ਕੰਮ ਤੁਸੀਂ ਇਹ ਕਰੋ। ਦੂਸਰਾ, ਕੈਂਸਰ ਵੀ ਸਾਡੇ ਦੇਸ਼ 'ਚ ਨਹੀਂ ਹੈ, ਗੱਲ ਅਮਰੀਕਾ 'ਚ ਸਭ ਤੋਂ ਜ਼ਿਆਦਾ ਕੈਂਸਰ ਹੈ। ਹਰ 10ਵਾਂ ਬੰਦਾ ਕੈਂਸਰ ਦਾ ਮਰੀਜ਼ ਹੈ ਅਮਰੀਕਾ 'ਚ, ਹਰ 7ਵੀਂ ਔਰਤ ਨੂੰ ਉੱਥੇ ਬ੍ਰੈਸਟ ਕੈਂਸਰ ਹੈ। ਸਭ ਤੋਂ ਜ਼ਿਆਦਾ ਕੈਂਸਰ ਅਮਰੀਕਾ 'ਚ। ਅਮਰੀਕਾ ਨੇ ਅਰਬਾਂ ਖਰਬਾਂ ਰੁਪਇਆ ਕੈਂਸਰ ਦੇ ਇਲਾਜ 'ਤੇ ਲਾਤਾ, ਖੋਜਾਂ 'ਤੇ ਲਾਤਾ, ਪਰ ਅਮਰੀਕਾ ਕੈਂਸਰ ਤੋਂ ਖੜਾ ਨਹੀਂ ਛੁਡਾ ਸਕਿਆ। 16 ਲੱਖ ਬੰਦੇ ਅਮਰੀਕਾ 'ਚ ਕੈਂਸਰ ਨਾਲ ਮਰਦੇ ਨੇ ਇਸ ਸਾਲ। ਸਾਡੇ ਦੇਸ਼ 'ਚ ਪਿਛਲੇ ਸਾਲ ਦਾ ਹੀ ਅੰਤਰ ਆਇਆ ਹੈ ਕਿ ਲਗਭਗ 8 ਲੱਖ ਬੰਦੇ ਕੈਂਸਰ ਨਾਲ ਮਰੇ ਨੇ ਅਤੇ 14 ਲੱਖ ਬੰਦੇ ਕੈਂਸਰ ਦੇ ਮਰੀਜ਼ ਘੋਸ਼ਿਤ ਹੋਏ ਨੇ। ਪਰ ਕਿਉਂਕਿ ਬਿਮਾਰੀ ਇਹੋ ਜਿਹੀ ਹੈ, ਸਿੱਧੀ ਦੇ ਬਾਰੇ ਕੋਈ ਦੱਸਦਾ ਨਹੀਂ ਹੈ ਕਿ ਮੈਂ ਕੈਂਸਰ ਦਾ ਮਰੀਜ਼ ਹਾਂ। ਜੇ ਸਹੀ ਲੋਕ ਦੱਸਣ ਤਾਂ ਮੇਰਾ ਖਿਆਲ ਹੈ ਇਹ 12-15 ਲੱਖ ਵੀ ਇਹ ਕਰੋੜਾਂ 'ਚ ਹੋਊਗੀ, ਜੇ ਸਹੀ ਹਨ। ਪਿਛਲੇ ਸਾਲ ਦੇ ਨੇ ਕਿ ਹਰ 10ਵੇਂ ਬੰਦੇ 'ਚੋਂ ਇੱਕ ਨੂੰ ਜ਼ਿੰਦਗੀ 'ਚ ਕਿਤੇ ਨਾ ਕਿਤੇ ਕੈਂਸਰ ਦਾ ਮਰੀਜ਼ ਬਣੂਗਾ ਉਹ, ਅਤੇ ਹਰ 15 'ਚੋਂ ਇੱਕ ਬੰਦਾ ਕੈਂਸਰ ਦੀ ਭੇਟ ਚੜੂਗਾ। ਇਹਦੇ ਬਾਰੇ ਤੁਸੀਂ ਸੋਚਣਾ, ਤੁਸੀਂ ਖੁਦ ਸੋਚਣਾ। ਇਹ 'ਚ ਡਾਕਟਰ ਕੁਛ ਨਹੀਂ ਕਰ ਸਕਦਾ, ਇਹ 'ਚ ਦਵਾਈਆਂ ਕੁਛ ਨਹੀਂ ਕਰ ਸਕਦਾ। ਜਿਹੜੀ ਐਲੋਪੈਥੀ ਹੈ, ਜਿਹੜੀ ਕੀਮੋਥੈਰੇਪੀ ਹੈ, ਰੇਡੀਓਥੈਰੇਪੀ ਹੈ, ਸਰਜਰੀ ਹੈ, ਜਿਹਨੂੰ ਤੁਸੀਂ ਸੇਕਾ ਕਹਿੰਦੇ ਹੋ ਜਾਂ ਓਪਰੇਸ਼ਨ ਕਹਿੰਦੇ ਹੋ, ਉਹਨੇ ਹੱਥ ਖੜੇ ਖੜਤੇ, ਉਹਨਾਂ ਦੇ ਵੱਸ ਦਾ ਰੋਗ ਨਹੀਂ। ਉਹ ਕੈਂਸਰ ਦੇ ਬਿਲਕੁਲ ਲੜਾਈ ਹਾਰ ਚੁੱਕੇ। ਹੁਣ ਦੁਨੀਆ ਇਸ ਖੋਜ 'ਚ ਹੈ ਵੱਡੇ ਵੱਡੇ ਸਾਇੰਸਦਾਨ ਕਿ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਤਰੀਕੇ ਨੇ ਜਿਸ ਕਰਕੇ ਕੈਂਸਰ ਰੁਕ ਸਕਦੇ। ਕੈਂਸਰ ਨੂੰ ਸਾਨੂੰ ਰੋਕਣਾ ਪੈਣਾ। ਦੂਜਾ ਸਮੱਸਿਆ ਜੀ ਸਭ ਤੋਂ ਵੱਡੀ ਹੈ, ਉਹ ਸਾਡੀ ਖੁਰਾਕ। ਸ਼ਹਿਰਾਂ 'ਚ ਤਾਂ ਖੁਰਾਕ ਬਹੁਤ ਹੀ ਮਾੜੀ ਹੋ ਗਈ, ਲੇਕਿਨ ਪਿੰਡਾਂ 'ਚ ਵੀ ਖੁਰਾਕ ਬਹੁਤ ਮਾੜੀ। ਅਸੀਂ ਉਹ ਨਹੀਂ ਖਾ ਰਹੇ ਜੋ ਸਾਡੇ ਸੈੱਲ ਚਾਹੁੰਦੇ ਨੇ, ਅਸੀਂ ਉਹ ਨਹੀਂ ਖਾ ਰਹੇ ਜੋ ਸਾਡੇ ਸਰੀਰ ਚਾਹੁੰਦੇ ਨੇ। ਅਸੀਂ ਬਹੁਤ ਉਲਟ ਫੁਲਟ ਖਾਣ ਲੱਗ ਗਏ, ਅਸੀਂ ਸ਼ੁੱਧ ਖੁਰਾਕ ਨਹੀਂ ਖਾ ਰਹੇ। ਅਸੀਂ ਕਈ ਚੀਜ਼ਾਂ ਜਾਣੇ ਅਣਜਾਣੇ ਉਹ ਖਾ ਰਹੇ ਜਿਹੜੀਆਂ ਮੈਂ ਤੁਹਾਨੂੰ ਦੱਸੂੰਗਾ, ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ। ਉਹ ਸਾਡਾ ਸਰੀਰ ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
ਤਾਂ ਇੱਕ ਖੁਰਾਕ ਦੇ ਬਾਰੇ ਤੁਹਾਨੂੰ ਬਹੁਤ ਸੋਚਣਾ ਪਊਗਾ। ਬੜੀ ਸ਼ੁੱਧ ਸਾਫ ਸੁਥਰੀ ਤੁਹਾਨੂੰ ਖੁਰਾਕ ਖਾਣੀ ਪਊਗੀ। ਤੁਹਾਡੇ ਘਰਾਂ 'ਚੋਂ ਖੁਰਾਕ ਹੈ, ਤੁਹਾਡੇ ਖੇਤਾਂ 'ਚੋਂ ਖੁਰਾਕ ਹੈ, ਕਿਤੋਂ ਜਾਣ ਲੈ ਕੇ ਆਉਣ ਦੀ ਲੋੜ ਨਹੀਂ। ਤੀਸਰਾ ਚੀਜ਼ ਕੀਰਤਨ ਵੇਲੇ ਵੀ ਦੱਸਿਆ ਗਿਆ ਸੀਗਾ ਕਿ ਅਸੀਂ ਕੰਮ ਕਰਨਾ ਭੁੱਲ ਗਏ, ਸਾਡੀ ਜੀਵਨ ਸ਼ੈਲੀ ਖਰਾਬ ਹੋ ਗਈ, ਸਾਡਾ ਜਿਉਣ ਦਾ ਢੰਗ ਖਰਾਬ ਹੋ ਗਿਆ, ਅਸੀਂ ਧੁੱਪ 'ਚ ਨਹੀਂ ਜਾਂਦੇ। ਕੁਦਰਤ ਮਹਾਨ ਡਾਕਟਰ, ਕੁਦਰਤ ਕੋਲ ਹਰ ਚੀਜ਼ ਦਾ ਇਲਾਜ ਹੈ। ਧੁੱਪ 'ਚੋਂ ਵਿਟਾਮਿਨ ਡੀ ਮਿਲਦਾ। ਜਿਹੜੀਆਂ ਔਰਤਾਂ ਨੂੰ ਕੈਂਸਰ ਹੁੰਦੀ ਹੈ ਸਭ ਤੋਂ ਜ਼ਿਆਦਾ, ਉਹ ਕੈਂਸਰ ਹੈ ਜਿਹੜੀ ਵਿਟਾਮਿਨ ਡੀ ਦੀ ਕਮੀ ਕਰਕੇ ਹੁੰਦੀ ਹੈ। ਔਰਤਾਂ ਦੀ ਕੈਂਸਰ ਦੀ ਕਿਸਮ ਜਿਹੜੀ ਹੈ ਜ਼ਿਆਦਾਤਰ ਹੈ ਉਹ ਵਿਟਾਮਿਨ ਡੀ ਦੀ ਕਮੀ ਕਰਕੇ ਹੁੰਦੀ ਹੈ, ਉਹ ਧੁੱਪ 'ਚ ਮਿਲਦੀ ਹੈ। ਸਾਡੇ ਸ਼ਹਿਰਾਂ ਦੇ ਲੋਕ ਤਾਂ ਧੁੱਪ 'ਚੋਂ ਨਿਕਲਦੇ ਨਹੀਂ ਬਾਹਰ, ਮਾੜੀ ਧੁੱਪ ਪੈਂਦੀ ਹੈ ਛਤਰੀ ਲੈ ਕੇ ਨਿਕਲ। ਸਾਡੀ ਜੀਵਨ ਸ਼ੈਲੀ ਖਰਾਬ ਹੋ ਗਈ, ਅਸੀਂ ਕੰਮ ਕਰਨਾ ਭੁੱਲ ਗਏ, ਅਸੀਂ ਜਿਹੜੀਆਂ ਸ਼ੂਗਰ ਦੀਆਂ, ਥਾਇਰਾਇਡ ਦੀਆਂ, ਦਿਲ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਕਿੱਥੋਂ ਪੈਦਾ ਹੋਈਆਂ ਨੇ? ਅਸੀਂ ਵਰਜਿਸ਼ ਨਹੀਂ ਕਰਦੇ, ਅਸੀਂ ਕੰਮ ਨਹੀਂ ਕਰਦੇ। ਅਕਸਰ ਮੈਂ ਇਹ ਕਹਿੰਦਾ ਹੁੰਦਾ ਜਦੋਂ ਵੀ ਮੇਰੇ ਕੋਲ ਕੈਂਸਰ ਦਾ ਕੋਈ ਮਰੀਜ਼ ਆਉਂਦਾ ਕਿ ਔਖਾ ਸੌਖਾ ਜਿਵੇਂ ਮਰਜ਼ੀ ਕਰ ਆਪਦੇ ਅੰਗ ਪੈਰ ਹਿਲਾ, ਜਿੰਨੀ ਕਸਰਤ ਕਰਨੀ ਕਰ, ਜਿੰਨੀ ਵਰਜਿਸ਼ ਕਰਨਾ ਕਰ ਸਕਦੇ। ਕਿਉਂਕਿ ਜਦੋਂ ਸਰੀਰ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ, ਸਰੀਰ ਦੇ ਵਿੱਚ ਹਲਚਲ ਪੈਦਾ ਹੁੰਦੀ ਹੈ, ਤਾਂ ਉੱਥੇ ਕੈਂਸਰ ਸੈੱਲਾਂ ਦਾ ਟਿਕਣਾ ਔਖਾ ਹੈ। ਤਾਂ ਇੱਕ ਸਾਡੀ ਜੀਵਨ ਸ਼ੈਲੀ ਖਰਾਬ ਹੋ ਗਈ, ਸਾਡੀ ਖੁਰਾਕ ਖਰਾਬ ਹੋ ਗਈ, ਸਾਡਾ ਵਾਤਾਵਰਨ ਖਰਾਬ। ਫਿਰ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਗੱਲ ਕਿ ਹਿੰਦੁਸਤਾਨ 'ਚ ਬਚਿਆ ਹੋਇਆ ਕੈਂਸਰ ਤੋਂ ਮਾੜਾ ਹੋ ਗਿਆ। ਜਿਵੇਂ ਸਾਡੀ ਇੱਥੇ ਗੰਦਾ ਪਾਣੀ ਹੈ, ਗੰਦੀ ਖੁਰਾਕ ਹੈ, ਗੰਦਾ ਵਾਤਾਵਰਨ ਹੈ। ਬਾਹਰਲੇ ਦੇਸ਼ਾਂ 'ਚ ਮੈਂ ਬਹੁਤ ਗਿਆ, ਨਿਊਜ਼ੀਲੈਂਡ, ਕੈਨੇਡਾ, ਬੜਾ ਘੁੰਮਿਆ ਸਾਰੇ ਦੇਸ਼ਾਂ 'ਚ। ਉਹਨਾਂ ਦੇਸ਼ਾਂ 'ਚ ਸਭ ਕੁਝ ਸ਼ੁੱਧ ਹੈ, ਸਾਫ਼ ਹੈ, ਲੇਕਿਨ ਫਿਰ ਵੀ ਕੈਂਸਰ ਜ਼ਿਆਦਾ। ਉਹਨਾਂ ਦਾ ਕਾਰਨ ਉਹਨਾਂ ਦੀ ਖੁਰਾਕ ਹੈ, ਕਿਉਂਕਿ ਤਿੰਨੋਂ ਟਾਈਮ ਮੀਟ ਖਾਂਦੇ ਨੇ, ਮੀਟ ਬਹੁਤ ਖੁਰਾਕ ਦਾ ਬਹੁਤ ਵੱਡਾ ਕਾਰਨ ਹੈ ਕੈਂਸਰ। ਲੇਕਿਨ ਸਾਡੇ ਜੇ ਅਸੀਂ ਬਚਿਆ ਹੋਇਆ ਤਾਂ ਮੇਰੀ ਭੈਣਾਂ ਦੇ ਮੈਂ ਧਿਆਨ 'ਚ ਲਿਆਉਂਗਾ, ਉਹ ਸਾਡੀ ਰਸੋਈ ਹੈ। ਇਹ ਬਹੁਤ ਵੱਡੀਆਂ ਵੱਡੀਆਂ ਖੋਜਾਂ ਹੋਈਆਂ ਹਿੰਦੁਸਤਾਨ ਨੂੰ ਰਸੋਈ ਨੇ ਬਚਾਇਆ ਹੋਇਆ। ਤੁਹਾਡੀ ਰਸੋਈ 'ਚ ਉਹ ਸਮਾਨ ਹੈ ਜਿਹੜਾ ਸਾਰਾ ਕੈਂਸਰ ਦੇ ਵਿਰੁੱਧ ਹੈ। ਹਲਦੀ ਹੈ, ਲਸਣ ਹੈ, ਪਿਆਜ਼ ਹੈ, ਅਦਰਕ ਹੈ, ਜੀਰਾ ਹੈ, ਸੌਂਫ ਹੈ, ਸਾਰੀਆਂ ਲਾਲ ਮਿਰਚਾਂ ਕੈਂਸਰ ਵਿਰੋਧੀ। ਅਸੀਂ ਜਦੋਂ ਵੀ ਕੈਂਸਰ ਮਰੀਜ਼ ਆਉਂਦਾ ਉਹਨੂੰ ਅਸੀਂ ਕਹਿੰਦੇ ਹਾਂ ਦੱਬ ਕੇ ਹਲਦੀ ਖਾ, ਦੱਬ ਕੇ ਲਸਣ ਖਾ, ਦੋ ਜਾਂ ਤਿੰਨ ਖੰਡੀ। ਤਾਂ ਮੇਰੀ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਪਰਿਵਾਰ ਦੇ ਡਾਕਟਰ ਹੋ, ਤੁਸੀਂ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣਾ। ਤੁਸੀਂ ਇਹ ਜਿਹੜੀਆਂ ਚੀਜ਼ਾਂ ਮੈਂ ਕਹੀਆਂ ਨੇ, ਪੰਜ ਸੱਤ ਚੀਜ਼ਾਂ, ਇਹ ਚੰਗੀ ਤਰ੍ਹਾਂ ਵਰਤਿਆ ਕਰੋ, ਇਹ 'ਚ ਕੋਈ ਰੁਸੀ ਨਾ ਕਰਿਆ। ਅਮਰੀਕਾ ਦੇ ਡਾਕਟਰ ਡਾਕਟਰ ਗੁੰਡਰੋ ਹੋਏ ਨੇ, ਬੜੀ ਅੱਛੀ ਕਿਤਾਬ ਮੈਂ ਉਹਨਾਂ ਪਿੱਛੇ ਪੜ੍ਹੀ। ਮੈਨੂੰ ਜੋ ਵੀ ਕਿਤਾਬ ਮਿਲਦੀ ਹੈ, ਜਿੰਨੀ ਮਰਜ਼ੀ ਮਹਿੰਗੀ ਮਿਲੇ, ਮੈਂ ਲੈ ਕੇ ਪੜ੍ਹਦਾ। ਤਾਂ ਉਹਨਾਂ ਨੇ ਕਿਹਾ ਵੀ ਲਾਲ ਮਿਰਚਾਂ ਵਰਗੀ ਕੋਈ ਚੀਜ਼ ਨਹੀਂ ਹੈ, ਹਰ ਬਿਮਾਰੀ ਦਾ ਇਲਾਜ ਹੈ। ਉਹ ਇੱਕ ਤਾਂ ਕਹਿੰਦੇ ਨੇ ਕਿ ਜੇ ਕੋਈ ਦਿਲ ਦਾ ਮਰੀਜ਼ ਨੂੰ ਕਿਸੇ ਨੂੰ ਦੌਰਾ ਪੈ ਜਾਵੇ, ਬੰਦਾ ਮਰਿਆ ਨਾ ਹੋਵੇ, ਉਹਦੇ ਮਰਨ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਵਾਂ, ਤਾਂ ਮੈਂ ਉਹਨੂੰ ਮਰ ਨਹੀਂ ਦਿੰਦਾ। ਉਹ ਕਰਦਾ ਕੀ ਹੈ ਸਿਰਫ ਕਿ ਕੌੜੀ ਤੋਂ ਕੌੜੀ ਲਾਲ ਮਿਰਚ ਸ਼ੀਸ਼ੇ 'ਚ ਪਾ ਕੇ ਰੱਖਦਾ, ਇੱਕ ਚਮਚਾ ਪਾਣੀ 'ਚ ਘੋਲ ਕੇ ਪਿਲਾ ਲੈਂਦਾ। ਲਾਲ ਮਿਰਚ ਦਿਲ ਦੇ ਮਰੀਜ਼ ਨੂੰ ਵੀ ਬਚਾ ਸਕਦਾ, ਕੈਂਸਰ ਦੇ ਸਾਹਮਣੇ ਕੁਛ ਨਹੀਂ। ਇਸ ਕਰਕੇ ਇੱਕ ਤਾਂ ਭੈਣੋ ਇਹਨਾਂ ਚੀਜ਼ਾਂ ਨੂੰ ਵਰਤੋ, ਦੂਜੀ ਜਿਹੜੀ ਤੁਸੀਂ ਕੰਜੂਸੀ ਕਰਨੀ ਹੈ ਉਹ ਕਿੱਥੇ ਕਰਨੀ ਹੈ? ਜਿਹੜਾ ਅਸੀਂ ਗਲਤ ਕੀ ਖਾ ਰਹੇ, ਤੁਹਾਡੇ ਘਰੇ ਦੇਸੀ ਘਿਓ ਆ, ਤੁਸੀਂ ਵਰਤ ਜਾਂਦੇ ਰਿਫਾਇੰਡ ਤੇ, ਸਭ ਤੋਂ ਵੱਧ ਕੈਂਸਰ ਰਿਫਾਇੰਡ ਤੇਲ ਤੋਂ ਹੋ ਰਿਹਾ, ਸਭ ਤੋਂ ਵੱਧ ਕੈਂਸਰ ਮਿੱਠਾ ਚੀਨੀ ਤੋਂ ਹੋ ਰਿਹਾ, ਜਿਹੜਾ ਅਸੀਂ ਸ਼ਹਿਰੀ ਨਾ ਪੀਂਦੇ ਉਸ ਤੋਂ ਹੋ ਰਿਹਾ। ਤੁਸੀਂ ਰਿਫਾਇੰਡ ਤੇਲ, ਸ਼ਹਿਰੀ ਜਿਹੜਾ ਤੁਹਾਡਾ ਨਮਕ, ਅਲਮੀਨੀਅਮ ਦੇ ਬਰਤਨ, ਇਹ ਤੁਹਾਡਾ ਜਿਹੜਾ
ਨੌਨ ਸਟਿਕ ਉਹ ਪਿੰਡਾਂ 'ਚ ਵੀ ਆ ਗਿਆ, ਸ਼ਹਿਰ ਤਾਂ ਹਰੇਕ ਕੋਲ ਨੌਨ ਸਟਿਕ ਬਰਤਨ ਹੁੰਦੇ ਨੇ ਕਾਲੇ ਜਿਹੇ ਉਹ, ਅਤੇ ਮਾਈਕ੍ਰੋਵੇਵ ਤਾਂ ਜਪਾਨ 'ਚ ਬੰਦ ਕਰਤਾ। ਇਹ ਪੰਜ ਛੇ ਚੀਜ਼ਾਂ ਤੁਸੀਂ ਘਰੋਂ ਬਾਹਰ ਕੱਢੋ। ਇਹ ਵੀ ਥਾਂ 'ਤੇ ਗੁੜ ਵਰਤੋਂ, ਸ਼ੱਕਰ ਵਰਤੋਂ ਜੇ ਵਰਤਣਾ, ਪਰ ਮਿੱਠਾ ਘੱਟ ਤੋਂ ਘੱਟ। ਇਹ ਹੁਣ ਖੋਜ ਸਾਬਤ ਹੋ ਚੁੱਕਿਆ ਹੈ ਕਿ ਮਿੱਠਾ ਜ਼ਿਆਦਾ ਖਾਣਾ ਕੈਂਸਰ ਦਾ ਕਾਰਨ ਹੈ, ਹਰ ਬਿਮਾਰੀ ਦਾ ਖਾਣਾ। ਅਸੀਂ ਸਾਰਾ ਦਿਨ ਮਿੱਠਾ ਖਾਂਦੇ ਹਾਂ, ਮਿੱਠੀ ਚਾਹ, ਮਿਠਾਈਆਂ, ਔਰ ਕਣਕ ਦੇ ਵਿੱਚ ਸਭ ਤੋਂ ਜ਼ਿਆਦਾ ਮਿੱਠਾ। ਅਸੀਂ ਕਣਕ ਦੇ ਬਾਰੇ ਮੈਂ ਤੁਹਾਨੂੰ ਇਹ ਕਹੂੰਗਾ, ਇਹ ਨਾ ਕਿਹੋ ਕਿ ਪੰਜਾਬ ਦਾ ਅਨਾਜ ਹੈ, ਇਸ ਕਰਕੇ ਇਹਨੂੰ ਨਾ ਭੰਡੋ। ਕਣਕ ਦੇ ਬਾਰੇ ਹੁਣ ਇਹ ਸਾਬਤ ਹੋ ਚੁੱਕਿਆ ਹੈ ਦੁੱਧ ਬਾਰੇ ਕਿ ਇੱਥੋਂ ਸਮੱਸਿਆ ਬਹੁਤ ਜ਼ਿਆਦਾ ਪੈਦਾ। ਤੁਸੀਂ ਕੋਸ਼ਿਸ਼ ਕਰੋ, 1965-66 ਤੋਂ ਪਹਿਲਾਂ ਮੈਂ ਮੇਰੇ ਖੇਤਾਂ 'ਚ ਪਿੰਡਾਂ 'ਚ ਦੇਖਦਾ ਸੀ, ਜਵਾਰ, ਰਾਗੀ, ਬਾਜਰਾ, ਮੱਕੀ, ਦੁਨੀਆਂ ਭਰ ਦੀਆਂ ਫਸਲਾਂ ਪੈਦਾ ਹੁੰਦੀਆਂ ਸੀ। ਅਸੀਂ ਦੋ ਫਸਲਾਂ 'ਤੇ ਆ ਗਏ, ਕਣਕ ਚਾਵਲ, ਕਣਕ ਚਾਵਲ, ਕਣਕ ਚਾਵਲ। ਕੋਸ਼ਿਸ਼ ਕਰੋ ਜਿੱਥੇ ਤੱਕ ਹੋ ਸਕਦਾ ਕਿ ਆਟਾ ਜਿਹੜਾ ਵਰਤੋਂ ਉਹ ਮਿਸ਼ਰਤ ਆਟਾ ਹੋਵੇ, ਕੁਝ ਕੁਝ ਛੋਲਿਆਂ ਦਾ ਆਟਾ ਪਾਓ, ਕੁਝ ਰਾਗੀ ਮਿਲਦੀ ਹੈ, ਜਵਾਰ ਮਿਲਦੀ ਹੈ ਉਹਦਾ ਆਟਾ ਪਾਓ, ਕੁਝ ਜਈ ਦਾ ਆਟਾ ਪਾਓ, ਮਿਸ਼ਰਤ ਕਰਕੇ ਬਰਾਬਰ ਅਨੁਪਾਤ 'ਚ ਵਰਤੋ ਤਾਂ ਕਿ ਕਣਕ ਦੇ ਚਾਵਲਾਂ ਦੇ ਮਾੜੇ ਅਸਰ ਘੱਟ। ਤਾਂ ਤੁਸੀਂ ਇਸ ਲਈ ਇਹਦਾ ਇੰਤਜ਼ਾਮ ਤੁਸੀਂ ਕਰ। ਕੈਂਸਰ ਬਾਹਰੋਂ ਨਹੀਂ ਆਈ, ਆਪਣੇ ਸਮਾਜ 'ਚ ਸਾਥੋਂ ਹੀ ਪੈਦਾ ਹੋਈ ਹੋਈ ਹੈ। ਕੁਛ ਮਸਲੇ ਵੱਡੇ ਨੇ ਕਿ ਸਰਕਾਰਾਂ ਨੇ ਕਰਨੇ, ਦਰਿਆ ਸਰਕਾਰਾਂ ਨੇ ਸਾਫ਼ ਕਰਨੇ, ਲੇਕਿਨ ਅਸੀਂ ਘੱਟੋ ਘੱਟ ਉਹ ਖੁਰਾਕ ਤਾਂ ਪੈਦਾ ਕਰਨੀ ਜਿਸ ਤੋਂ ਅਸੀਂ ਬਚ ਰਹੇ, ਘੱਟੋ ਘੱਟ ਉਹ ਚੀਜ਼ਾਂ ਅਸੀਂ ਬਾਹਰ ਨਾ ਵਰਤੀਏ ਜਿਹੜੀਆਂ ਕੈਂਸਰ ਪੈਦਾ ਕਰਦੀਆਂ। ਆਵਾਜ਼ੀ ਕੰਮ ਟੀਵੀ ਲਈ ਮਾਨਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ।